Welcome back guys to the channel और एक न्यू वीडियो और ये किसने मारा बाकी गाइस आप आज तो आज फिर खेडांगे माइनक्राफ्ट का वन ब्लॉक बाकी आ घर तुसी देख सकदे हो इन्हें मैं फिर तो रेनोवेट कर देता क्योंकि थोड़ी जी दिक्कत होन दी सी बाकी आ अपना मोरे आंदे ही आपां नूं तुहानूं मैं टूर जा करा दिंदा इहदा आ मोरे अपना इत्थे सोफा पिया बाकी आ पेंटिंग एक पेंटिंग आ वा एक बेड आ कौन मारन दा वो बाकी अपने नाल आ जे भी खेडूगा स्टीम चल ना मारी हुन ना मारी भरा तो अगे आ चलो आ एक पेंटिंग आ दो लैंटर बाकी इत्थे बेड टकाया मैं बाकी इत्थे एक खिड़की रखती आ भाई आज एक्सपी फार्म बनाते हैं बाकी आज आपां गए एक्सपी फार्म भी बनाउणा बाकी घर थल्ले चलो यार भैया आ किद्दां चलदा ओके ओके आ गया ਯਾ ਦੇਖੋ ਤੁਹਾਨੂੰ ਇੱਥੇ ਮੈਂ ਸ਼ਿਫਟ ਕਰਦਾ ਬਾਕੀ ਆ ਕਿਨੇ ਲਾਤੀ ਤੇ ਚਲੋ ਆ ਤੁਹਾਨੂੰ ਦੱਸਣਾ ਆਪਣੇ ਇੱਥੇ ਸ਼ਿਫਟ ਵੈਸੇ ਤਾਂ ਬੈਂਚਸ ਤਾਂ ਆਪਾਂ ਦੋ ਤਿੰਨ ਹੀ ਰੱਖੇ ਹਰ ਬੱਚੇ ਆਪਾਂ ਆਪਣਾ ਬਿਲਡਿੰਗ ਬਲੋਕ ਰੱਖੇ ਆ ਇਹਦੇ ਵਿੱਚ ਆਪਾਂ ਦਾ ਕੋਈ ਸਟੂਡ ਟਾਲ ਵਗੈਰਾ ਰੱਖੇ ਬਾਕੀ ਆ ਫਰਨੈਸ ਫਰਨਸ ਵਗੈਰਾ ਬਾਕੀ ਇੱਥੇ ਇੱਕ ਲੈਕਟਨ ਰੱਖਿਆ ਇਹਦੇ ਨਾਲ ਮੈਂ ਆਪਣਾ ਇੱਕ ਬਿਲਡਰ ਲੈ ਉਹ ਬਣਾਇਆ ਸੀਗਾ ਆਪਣਾ ਉਹ ਬਣਵਾਇਆ ਸੀ ਬਿਲਡਰ ਆਪਾਂ ਆਪਣਾ ਕੀ ਕਹਿੰਦੇ ਓਏ ਨਾ ਮਾਰ ਬਿਲਡਰ ਮੈਂ ਆਪਣਾ ਲਾਇਬ੍ਰੇਰੀਅਨ ਬਣਾਈ ਬਾਕੀ ਆ ਦੇਖੋ ਉੱਥੇ ਮੈਂ ਆਪਣਾ ਐਂਟਰਟੇਨਮੈਂਟ ਟੇਬਲ ਰੱਖਿਆ ਤੁਹਾਨੂੰ ਮੈਂ ਜਿੱਦਾਂ ਦੱਸਿਆ ਸੀ ਮੈਂ ਪਿਛਲੇ ਐਪੀਸੋਡ ਵਿੱਚ ਕਿ ਮੈਂ ਹੁਣ ਆਪਣਾ ਮਤਲਬ ਆਪਣਾ ਇੱਕ ਉਹ ਬਣਾ ਲੈਣਾ ਵਾ ਐਂਟਰਟੇਨਮੈਂਟ ਟੇਬਲ ਅਤੇ ਮੈਂ ਆਪਣਾ ਬਣਵਾ ਵੀ ਲਿਆ ਸੀ ਬਾਕੀ ਆ ਇੱਕ ਵਾਰ ਆਪਣੇ ਕੋਲ ਇੰਟਰਟੇਨਮੈਂਟ ਦੀ ਸੋਚ ਆ ਬਾਕੀ ਮੈਨੂੰ ਬੋਰਡ ਨਾ ਪੈਂਦੇ ਰੱਖ ਦਿਓ ਤੁਹਾਨੂੰ ਬਾਅਦ ਚੋਂ ਇਹਦੇ ਦੱਸ ਦਿਓ ਬਾਕੀ ਇਹਨਾਂ ਦੇ ਦਿਆਂ ਆਪਾਂ ਐਂਟਰਟੇਨਮੈਂਟ ਕਰ ਦੇਣਾ ਆਪਣਾ ਬਾਕੀ ਇਹ ਤਾਂ ਹਲੇ ਬਾਅਦ ਦੀਆਂ ਗੱਲਾਂ ਕਹਿ ਜਾਓ ਆਪਾਂ ਪਹਿਲਾਂ ਨਾ ਆਪਣਾ ਐਕਸਪੀਰੀਅੰਸ ਆਪਾਂ ਨੂੰ ਲਿਮਿਟਡ ਐਕਸਪੀ ਇੱਕ ਸਭ ਮੈਂ ਬਾਕੀ ਆ ਬੋਟਲ ਆਫ ਜੈਂਟਿੰਗ ਮੈਨੂੰ ਮਿਲੀਆਂ ਸੀ ਵਿੱਚ ਮਾਈਨਿੰਗ ਕਰਦੇ ਹੋਏ ਬਾਕੀ ਤੁਸੀਂ ਦੇਖ ਹੀ ਲਿਆ ਹੋਣਾ ਕਿ ਮੇਰੇ ਤੋਂ ਦੇਖ ਲਓ ਅੱਜ ਕਿੰਨਾ ਕੋਬਲ ਸਟੋਨ ਆਇਆ ਹੋਇਆ ਅਤੇ ਇਹਨਾਂ ਨਾਲ ਨਾ ਅੱਜ ਆਪਾਂ ਉਹ ਬਣਵਾਵਾਂਗੇ ਬਣਾਉਣਾ ਅੱਜ ਆਪਾਂ ਕੀ ਕਹਿੰਦੇ ਹੁੰਦੇ ਨੇ ਗਾਈਜ਼ ਉਹ ਐਕਸਪੀ ਫਾਰਮ ਬਣਾਉਣਾ ਆਪਾਂ ਬਾਕੀ ਮੈਂ ਮੇਰੀ ਸਕਿੰਨ ਵੀ ਤੁਸੀਂ ਦੇਖ ਹੀ ਲਈ ਹੋਣੀ ਨਾ ਮਾਰ ਕਦੋਂ ਭੱਜੀਆਂ ਮਾਰਨੀਆਂ ਸੀ ਹੁਣ ਬਾਕੀ ਗੱਲ ਮਾੜਾ ਜਿਹਾ ਫਿਕਸ ਕਰ ਲਵਾਂ ਮੈਂ ਅਤੇ ਆਪਾਂ ਆਪਣੀ ਵੀਡੀਓ ਸਟਾਰਟ ਕਰਦੇ ਹਾਂ ਬਾਕੀ ਗੱਲ ਇਹ ਵੀ ਮੇਰੇ ਵਾਂਗੂ ਵੈਸੇ ਤਾਂ ਪੰਜਾਬੀ ਬੋਲਦਾ ਪਰ ਇਹ ਤੁਹਾਡੇ ਸਾਹਮਣੇ ਇੰਗਲਿਸ਼ ਬੋਲਣ ਡਿਆ ਹਿੰਦੀ ਬੋਲਣ ਡਿਆ ਇੰਗਲਿਸ਼ ਕਾਹਤੋਂ ਬੋਲੀ ਜਾਂਦਾ ਮੈਂ ਓਕੇ ਚਲੋ ਬਾਕੀ ਗੱਲ ਸਾਨੂੰ ਦੀਵਾਰ 'ਤੇ ਇੱਕ ਸਾਹਮਣੇ ਚੀਜ਼ ਦੇਖੀ ਹੋਣੀ ਬਾਕੀ ਗਾਈਜ਼ ਆ ਦੇਖੋ ਜੀ ਬਾਕੀ ਉਹ ਆਪਣਾ ਐਕੁਏਰੀਅਮ ਮੈਂ ਨਾ ਗਾਈਜ਼ ਅਪਗ੍ਰੇਡ ਕਰਤਾ ਨਾਲੇ ਮੈਂ ਆਹ ਵੀ ਆਪਣਾ ਏਰੀਆ ਐਕਸਪੈਂਡ ਕੀਤਾ ਥੋੜ੍ਹਾ ਜਿਹਾ ਠੀਕ ਆ ਜੀ ਬਾਕੀ ਇੱਥੇ ਮੈਂ ਮਾਈਨਿੰਗ ਵਾਲਾ ਏਰੀਆ ਆਪਾਂ ਇੱਦਾਂ ਕਰ ਦਿੱਤਾ ਬਾਕੀ ਇੱਥੇ ਦੋ ਬੋਲਮ ਛੱਡ ਦਿੱਤੇ ਤਾਂ ਕਿ ਜੇ ਕੋਈ ਮੌਬ ਆਵੇ ਤਾਂ ਇਹ ਉਹਨੂੰ ਖਤਮ ਕਰ ਦੇਣ ਠੀਕ ਆ ਜੀ ਅਤੇ ਬਾਕੀ ਤੁਹਾਨੂੰ ਮੈਂ ਥੋੜ੍ਹਾ ਜਿਹਾ ਹੋਰ ਟੂਰ ਕਰਾਉਂਦਾ ਆਪਣੇ ਵਰਲਡ ਦਾ ਬਾਕੀ ਇੱਥੇ ਮੈਂ ਵੋਲ ਲਾਈ ਹਾਂ ਠੀਕ ਆ ਜੀ ਇਹ ਆਪਣਾ ਹੈਗਾ ਐਨੀਮਲ ਜਿਹਾ ਫਾਰਮ ਮਤਲਬ ਜੋ ਕਹਿ ਸਕਦੇ ਆਪਾਂ ਇਹਨੂੰ ਇੱਥੋਂ ਆਪਾਂ ਕੋਈ ਗਾਂ ਇੱਥੇ ਪਤਾ ਕੀ ਤੁਹਾਨੂੰ ਮੈਂ ਇੱਕ ਟ੍ਰਿਕ ਦੱਸਦਾ ਦੇਖੋ ਜੇ ਤੁਹਾਡੇ ਕੋਲ ਨਾ ਐਨੀਮਲ ਨਹੀਂ ਹੈਗੇ ਤਾਂ ਤੁਸੀਂ ਆਪਣੇ ਨਾ ਇੱਦਾਂ ਗਰਾਸ ਵਾਲਾ ਬਲੋਕ ਬਣਾ ਕੇ ਉੱਥੇ ਬੋਲ ਮੀਨ ਛਿੜਕਾਓ ਬਾਕੀ ਤੁਹਾਡੇ ਇੱਦਾਂ ਘਾਹ ਘੂ ਉੱਗ ਜੂਗਾ ਉੱਥੇ ਤੁਹਾਡੀਆਂ ਆਪ ਚੀਜ਼ਾਂ ਸਪਾਉਣ ਮੇਰੇ ਤੋਂ ਦੋ ਚੀਜ਼ਾਂ ਸਪਾਉਣ ਹੋਈਆਂ ਬਾਕੀ ਮੈਂ ਕਹਿੰਦੀ ਹਾਂ ਉਹਨਾਂ ਦੀ ਬਰੀਡ ਵਗੈਰਾ ਕਰਾਤੀ ਠੀਕ ਆ ਜੀ ਅਤੇ ਹੁਣ ਬਾਕੀ ਇੱਧਰਲੀ ਸਾਈਡ ਨੂੰ ਜਾਣਾ ਵਾ ਇੱਧਰ ਆਪਣਾ ਉਹ ਦੇਖੋ ਤੁਹਾਨੂੰ ਮੈਂ ਦਿਖਾਉਂਦਾ ਇੱਕ ਆਪਣਾ ਜਿਹੜਾ ਵਿਲੇਜਰ ਸੀਗਾ ਨਾ ਇੱਕ ਆਪਣਾ ਜਿਹੜਾ ਵਿਲੇਜਰ ਸੀ ਉਹ ਮਰ ਗਿਆ ਠੀਕ ਆ ਜੀ ਇੱਕ ਆਪਣਾ ਵਿਲੇਜਰ ਜਿਹੜਾ ਸੀਗਾ ਉਹ ਮਰ ਗਿਆ ਇੱਕ ਪਰ ਸੀਗਾ ਨਾ ਇੱਕ ਮੇਰਾ ਆਹ ਵਾਲਾ ਵਿਲੇਜਰ ਸੀ ਇਹਨੂੰ ਮੈਂ ਨਾ ਫਾਰਮਰ ਬਣਾ ਦਿੱਤਾ ਭਲਾ ਵੈਸੇ ਪਤਾ ਕਿਉਂ ਕਿਉਂਕਿ ਮੈਨੂੰ ਉੱਦਾਂ ਉਹ ਤਾਂ ਬਣਾਉਣਾ ਹੀ ਸੀ ਮੈਂ ਆਪਣਾ ਫਾਰਮ ਤਾਂ ਬਣਾਉਣਾ ਹੀ ਸੀ ਕੋਈ ਮੈਂ ਠੀਕ ਆ ਜੀ ਅਤੇ ਮੈਂ ਕਿਹਾ ਚਲੋ ਆਪਾਂ ਫਾਰਮ ਵੀ ਬਣਾ ਲੈਂਦੇ ਹਾਂ ਨਾਲੇ ਆਪਾਂ ਇਹਨੂੰ ਵਿਲੇਜਰ ਬਣਾ ਲੈਂਦੇ ਹਾਂ ਬਾਕੀ ਆਇਰਨ ਕੋਲ ਮੈਂ ਪਤਾ ਕਿੱਦਾਂ ਸਪੋਨ ਕੀਤੇ ਸਿੰਪਲ ਜਿਹਾ ਤਰੀਕਾ ਆਪਣੇ ਵਿਲੇਜਰ ਦੇ ਕੋਲ ਨਾ ਕੋਈ ਜ਼ੋਂਬੀ ਬਿਠਾ ਦਿਓ ਬੋਟ ਵਿੱਚ ਤਾਂ ਇਹਨੇ ਆਪੇ ਡਰਨ ਲੱਗ ਪੈਣਾ ਇਹਦੇ ਡਰ ਜਦੋਂ ਇਹ ਡਰੂਗਾ ਨਾ ਤਾਂ ਇਹਦੇ ਕੋਲ ਇਹਦੇ ਜਦੋਂ ਇਹ ਡਰੂਗਾ ਤਾਂ ਆਇਰਨ ਕੋਲ ਆਟੋਮੈਟਿਕਲੀ ਸਪੋਨ ਹੋ ਜਾਣਾ ਬਾਕੀ ਇਹਨੇ ਆਪ ਹੀ ਲਾਈ ਜਾਣੇ ਆਪਾਂ ਇੱਥੋਂ ਤੋੜੀ ਜਾਣੇ ਆਪਣਾ ਹੀ ਫਾਇਦਾ ਇਹਦੇ ਵਿੱਚ ਬਾਕੀ ਇਹ ਟ੍ਰੇਡ ਦੇਖ ਲਓ ਤੁਹਾਨੂੰ ਟ੍ਰੇਡ ਦਿਖਾ ਦਿੰਦਾ ਜੀ ਹੈਲੋ ਓਕੇ ਗਾਈਜ਼ ਹਾਂ ਹਾਂ ਬਹੁਤ ਕਰਦੇ ਬਾਕੀ ਆ ਦੇਖ ਲਓ 26 ਪੋਟੈਟੋ ਮਤਲਬ
ਇੱਦਾਂ ਹੀ ਬੇਕਾਰ ਡੀਲ ਤਾਂ ਵੈਸੇ ਇਹਨਾਂ ਦੀ ਬੇਕਾਰ ਹੀ ਹੁੰਦੀ ਹੈ, ਪਰ ਚਲੋ ਕੀ ਕਰ ਸਕਦੇ ਹਾਂ। ਇਹ ਟਕਾਈ ਸਾਹ ਵੀ ਆ ਉਹ ਇਹ ਕੀ ਖਾ ਗਾਈਸ। ਬੌਬ ਦ ਫਿਲਟਰ ਕਰਕੇ ਦਿਖਾਈਏ, ਬੌਬ ਦ ਫਿਲਟਰ ਹਾਂ ਭਾਈ ਹਾਂ। ਸਕੂਪ ਮੱਕਾ ਡੀਜ਼ੀ ਰੋਲੀ ਕੇ ਸਾਥ, ਲਵਤੀ ਔਰ ਵੈਂਡੀ ਨੇ ਬੜਾਇਆ ਹਾਥ। ਬੌਬ ਔਰ ਸਾਥੀ ਮਸਤੀ ਮੇ ਮਗਨ, ਮਿਲ ਜੁਲ ਕੇ ਕਰਤੇ ਹੈ ਕਾਮ ਖਤਮ। ਬੌਬ ਦ ਫਿਲਟਰ ਕਰਕੇ ਦਿਖਾਏਂਗੇ, ਬੌਬ ਦ ਫਿਲਟਰ ਹਾਂ ਭਾਈ ਹਾਂ। ਬਿਲਚਿਟ ਔਰ ਬਰਡ, ਟ੍ਰੈਵਿਸ ਔਰ ਸਪਟ, ਦੋਸਤੋ ਕਾ ਹੈ ਜੀ ਯੇ ਪਿਆਰਾ ਜਮਖਤ। ਬੌਬ ਦ ਫਿਲਟਰ ਕਰਕੇ ਦਿਖਾਏਂਗੇ, ਬੌਬ ਦ ਫਿਲਟਰ ਹਾਂ ਭਾਈ ਹਾਂ। ਕਹਿ ਲੇਂਗੇ ਫਿਲਟਰ ਕਰਕੇ ਦਿਖਾਏਂਗੇ, ਬੌਬ ਦ ਫਿਲਟਰ ਹਾਂ ਭਾਈ ਹਾਂ। ਸਕੂਪ ਮੱਕਾ ਡੀਜ਼ੀ ਰੋਲੀ ਕੇ ਸਾਥ, ਲਵਤੀ ਔਰ ਵੈਂਡੀ ਨੇ ਬੜਾਇਆ ਹਾਥ। ਬੌਬ ਔਰ ਸਾਥੀ ਮਸਤੀ ਮੇ ਮਗਨ, ਮਿਲ ਜੁਲ ਕੇ ਕਰਤੇ ਹੈ ਕਾਮ ਖਤਮ। ਬੌਬ ਦ ਫਿਲਟਰ ਕਰਕੇ ਦਿਖਾਏਂਗੇ, ਬੌਬ ਦ ਫਿਲਟਰ ਹਾਂ ਭਾਈ ਹਾਂ। ਬਿਲਚਿਟ ਔਰ ਬਰਡ, ਟ੍ਰੈਵਿਸ ਔਰ ਸਪਟ, ਦੋਸਤੋ ਕਾ ਹੈ ਜੀ ਯੇ ਪਿਆਰਾ ਜਮਖਤ। ਬੌਬ ਦ ਫਿਲਟਰ ਕਰਕੇ ਦਿਖਾਏਂਗੇ, ਬੌਬ ਦ ਫਿਲਟਰ ਹਾਂ ਭਾਈ ਹਾਂ। ਕਹਿ ਲੇਂਗੇ Thank you.
हेलो तो गाइस आप आ चुके हैं वापस और मारी जंदा स्टील टू बाकी आप आ चुके गाइस आ देखो आप बना पा स्टील हमें मैं ना कंप्लीट कर लिया सी तो इस करके और देखो ये नोट मारन दा स्टील टू बाकी गाइस मैं ता ही कंप्लीट कर देता ही ताकि अपने ना वीडियो बहुत ज्यादा लंबी होंदी सी बहुत ज्यादा जिन्हों कहंदे होंदे आ इस करके मैं तो चलो थोड़ा जो प्रोग्रेस हैगा वो आप भी कंप्लीट कर लेता बाकी आ देखो जल्दी देख लो किन्ने आ चुके हैं चलो मार दे आप दे दे दा अपन एक्सपी चलो गाइस इसको इसको हिट की मारना है और इसको गाइस अपन ने एक्सपी मिल गई ओ बाकी अपने सीता ही मार दिया चलो आ देखो बाकी इसे गाइस मैं ओ ना मार कर दो एक बार मैं अपना हॉपर वाला सिस्टम नहीं किया क्योंकि गाइस चले आपा को थोड़ा सा काट के बाकी ये मेरे को वाले खान नु है नहीं कुछ अपन रोटन फ्लैश ही खा लेते हैं भाई मेरे पास एक चेस्ट प्लेट है ठीक है गाइस आपा ये हो ही जाने भाई तूने मारा भाई मैंने मारा देख लो गाइस ये बार बार मारी जा रहा है मेरे को मेरे दिमाग खराब और पिक देखो किधर लड़का है गाइस भाई आपने अपनी पावर क्यों नहीं बढ़ाई थी बढ़ रही थी अभी एक मिनट में बढ़ेगी क्या चलो भाई एक बार माफ कर देंगे चलो कोई बात नहीं भाई यहाँ पर ज़ॉम्बी नहीं आ रहे अभी बाकी आ जाएंगे एक कड़ा सा चलो इसने मेरा सामान ले लिया चलो ओके भाई मेरी चेस्ट चलो ओके गाइस वो है बहुत अच्छी है चलो चलो गाइस आप इतने वीडियो का एंड कर दें हाँ मिलेंगे आप थानू अगली वीडियो च बाकी अगली वीडियो आप आयरन फार्म बनावे बाकी तुम दस दौ मैंने एक बार शेडर पैक दस दो कितना वधिया लग रहा बाकी तुम मैंने एक बार कमेंट कर दौ कछुआ कितने पहुंचा हुआ वा गाइस तो कछुए के एग से चलो ग्लिच होया होना चलो कोई गल नहीं आप तुम मिलते हैं अगली वीडियो के नाल बाय।